ਨਾਂ ਦੱਸਿਓ ਪਹਿਲਾਂ ਆਪਣਾ। ਮੇਰਾ ਨਾਮ ਨਸੀਬ ਕੌਰ। ਤੇ ਪੁਰਾਣਾ ਨਾਂ ਕੀ ਸੀ ਪਹਿਲਾਂ? ਉਹਦਾ ਮੈਂ ਚੇਤਾ ਜੀ ਨਹੀਂ ਸੀਗਾ ਜੀ। ਮਾਤਾ ਜੀ ਫਿਰ ਪਰਿਵਾਰ ਤੋਂ ਕਿੱਦਾਂ ਵਿਛੜੇ ਆ? ਖੋ ਕੇ ਲੈ। ਅੱਛਾ, ਖੋ ਕੇ? ਖੋ ਕੇ ਲੈ ਕੇ ਗਏ ਆ। ਖੋ ਕੇ ਲੈ, ਬੰਦੇ ਖੋ ਕੇ ਲੈ ਬੰਨ ਕੇ। ਕਿੰਨੇ ਔਰਤਾਂ ਕਿੰਨੀਆਂ ਸੀ ਤੁਹਾਡੇ ਨਾਲ ਦੀਆਂ ਕੁੜੀਆਂ? ਬਾਕੀ ਸਭ ਲੁਕੇ ਲੱਗੇ ਸੀ। ਨਹੀਂ, ਪਿੰਡ ਦੋ ਭਰਾ ਸੀਗੇ। ਅੱਛਾ ਜੀ, ਭਰਾ ਸੀ ਦੋ, ਸਾਰੇ ਸੀਗੇ ਲੁਕੇ ਹੀ ਸੀਗੇ। ਤੁਹਾਡੇ ਪਰਿਵਾਰ ਦੇ ਜੀ ਬਚ ਗਏ ਸਾਰੇ? ਨਹੀਂ ਬਚੇ, ਕੋਈ ਵੀ ਨਹੀਂ ਬਚੇ। ਤੁਹਾਡੇ ਪਿਤਾ ਜੀ ਦੇ ਦੋ ਵਿਆਹ ਹੋਏ ਸੀਗੇ? ਹਾਂ ਹਾਂਜੀ, ਦੋ। ਅਤੇ ਪਹਿਲੇ ਦੇ ਕਿੰਨੇ ਬੱਚੇ ਸੀ, ਦੂਜੀ ਦੇ ਕਿੰਨੇ ਸੀਗੇ? ਇਹਦੇ ਦੋ ਹੀ ਸੀਗੇ, ਅਸੀਂ ਤਿੰਨ ਚਾਰ ਸੀ। ਅੱਛਾ ਜੀ, ਗੱਡਿਆਂ 'ਤੇ ਤੁਸੀਂ ਜਾ ਰਹੇ ਸੀਗੇ ਨਾ? ਹਾਂਜੀ। ਜਿਹੜੇ ਪਿੰਡਾਂ ਦੇ ਜਦੋਂ ਜਥੇ ਪਏ ਆ, ਕਿੰਨੀਆਂ ਔਰਤਾਂ ਅਤੇ ਜਿਹੜੀਆਂ ਕੁੜੀਆਂ ਸੀ, ਕਿੰਨੀਆਂ ਨੂੰ ਉੱਥੇ ਉਹਨਾਂ ਨੇ ਲਿਆ ਚੱਕਿਆ ਉਹਨਾਂ ਨੇ? ਮੈਨੂੰ ਨਹੀਂ ਪਤਾ, ਲੁਕੇ ਸਾਰੇ। ਸਾਰੇ ਲੁਕ ਗਏ ਨਾ ਕਮਾਦਾਂ 'ਚ? ਕਮਾਦਾਂ 'ਚ ਮੈਨੂੰ ਫਿਰ ਕੱਢ ਕੇ ਲੈ ਆਇਆ, ਤਾਂ ਖੋ ਕੇ ਲੈ। ਅੱਛਾ ਜੀ, ਮੈਨੂੰ ਫਿਰ ਮੈਨੂੰ ਨਹੀਂ ਪਤਾ, ਮੈਂ ਘਰ ਬਹਿ ਗਈ, ਫਿਰ ਬਿਠਾ ਦਿੱਤਾ ਇੱਥੇ। ਕਿਤੇ ਮਾਤਾ ਜੀ ਆਪਣਾ ਹੈ? ਮਾਤਾ ਜੀ ਹਾਂਜੀ, ਕਿਤੇ ਪਰਿਵਾਰ 'ਚ ਇੱਥੇ ਆਉਂਦਾ ਸੀਗਾ, ਜਿੱਥੇ ਜਿਨ੍ਹਾਂ ਨਾਲ ਖੇਡੇ, ਜਿਨ੍ਹਾਂ ਦੇ ਮਾਂ ਪਿਓ ਦਾ ਪਿਆਰ ਲਿਆ? ਹਾਂ, ਕੀ ਕਰ ਲੈਣਾ ਸੀ, ਇੱਦਾਂ ਲੰਘ ਗਈ ਉਮਰ ਸਾਰੀ, ਨਾ ਕੋਈ ਮਿਲਿਆ। ਤਾਂ ਹਾਂਜੀ ਦੋਸਤੋ, ਅਸੀਂ ਅੱਜ ਜਾ ਰਹੇ ਹਾਂ ਜੀ ਜਲੰਧਰ ਜ਼ਿਲ੍ਹੇ ਦੇ ਇੱਕ ਪਿੰਡ ਮਾਤਾ ਜੀ ਨੂੰ ਮਿਲਣ ਲਈ, ਜਿਹੜੇ ਕਿ 1947 ਦੇ ਉਜਾੜਿਆਂ ਦੇ ਟਾਈਮ ਆਪਣੇ ਪਰਿਵਾਰ ਤੋਂ ਵਿਛੜ ਕੇ ਚੜ੍ਹਦੇ ਪੰਜਾਬ ਵਿੱਚ ਰਹਿ ਗਏ ਸਨ। ਅਤੇ ਜਾ ਕੇ ਮਾਤਾ ਜੀ ਨਾਲ ਕਰਦੇ ਹਾਂ ਜੀ 1947 ਦੀਆਂ ਯਾਦਾਂ ਸਾਂਝੀਆਂ, ਵੀ ਕਿਸ ਤਰ੍ਹਾਂ ਉਹ ਚੜ੍ਹਦੇ ਪੰਜਾਬ ਦੇ ਵਿੱਚ ਰਹਿ ਗਏ ਸਨ। ਅਤੇ ਅਸੀਂ ਪਿੰਡ ਦਾ ਨਾਂ ਕਿਉਂ ਨਹੀਂ ਦੱਸਿਆ, ਅਤੇ ਸਾਡੀ ਪੂਰੀ ਵੀਡੀਓ ਜ਼ਰੂਰ ਦੇਖਿਓ। ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ, ਮੈਂ ਤੁਹਾਡਾ ਆਪਣਾ ਹਰਜੀਤ ਸਿੰਘ ਜੜਿਆਲਾ। ਅਤੇ ਦੋਸਤੋ, 1947 ਦੇ ਉਜਾੜੇ, ਜਿਹਦੇ ਵਿੱਚ ਕਿ ਲੱਖਾਂ ਦੇ ਹਿਸਾਬ ਨਾਲ ਹੀ ਜਿਹੜੇ ਆ ਪੰਜਾਬੀਆਂ ਨੇ ਪੰਜਾਬੀਆਂ ਨੂੰ ਕਤਲ ਕੀਤਾ, ਅਤੇ ਲੱਖਾਂ ਦੇ ਹਿਸਾਬ ਦੇ ਨਾਲ ਹੀ ਬੱਚੇ ਔਰਤਾਂ ਜਿਹੜੀਆਂ ਸੀਗੀਆਂ ਆਪਣੇ ਪਰਿਵਾਰ ਦੇ ਨਾਲੋਂ ਵਿਛੜੀਆਂ, ਕੁਝ ਮਿਲ ਗਈਆਂ, ਕੁਝ ਨਹੀਂ ਮਿਲੀਆਂ। ਅਤੇ ਦੋਸਤੋ, ਅਸੀਂ ਅੱਜ ਇੱਕ ਹੋਰ ਮਾਤਾ ਜੀ ਨੂੰ ਮਿਲਣ ਪਹੁੰਚੇ ਹਾਂ, ਜਿਨ੍ਹਾਂ ਦਾ ਪਿਛੋਕੜ ਜਿਹੜਾ ਮੁਸਲਮਾਨ ਪਰਿਵਾਰ ਦੇ ਨਾਲ ਸੀਗਾ, ਅਤੇ 47 ਦੇ ਉਜਾੜਿਆਂ ਦੇ ਟਾਈਮ ਉਹ ਇੱਥੇ ਜਿਹੜੇ ਆ ਰਹਿ ਗਏ ਸੀਗੇ, ਅਤੇ ਮੁੜ ਕੇ ਉਹਨਾਂ ਦੇ ਵਿਆਹ ਹੋ ਕੇ ਤਾਂ ਉਹ ਇਸ ਵੇਲੇ ਪੋਤ ਪੋਤੀਆਂ ਵਾਲੇ ਹੋ ਕੇ ਇੱਥੇ ਰਹਿ ਰਹੇ ਨੇ। ਅਤੇ ਅਸੀਂ ਬੜੇ ਇਹਨਾਂ ਦੇ ਪਰਿਵਾਰ ਦੇ ਧੰਨਵਾਦੀ ਹਾਂ, ਜਿਨ੍ਹਾਂ ਨੇ ਸਾਨੂੰ ਪਰਮਿਸ਼ਨ ਇਹ ਦਿੱਤੀ ਮਾਤਾ ਜੀ ਦੀ ਵੀਡੀਓ ਬਣਾਉਣ ਦੀ। ਪਰ ਉਹਨਾਂ ਨੇ ਇੱਕ ਗੱਲ ਕਹੀ ਸੀ ਵੀ ਭਾਈ, ਇਹ ਮਤਲਬ ਅਸੀਂ ਮੂਹਰੇ ਨਹੀਂ ਆਉਣਾ ਚਾਹੁੰਦੇ, ਹੈ ਨਾ, ਸਾਡੇ ਪਰਿਵਾਰ ਦਾ ਜਾਂ ਪਿੰਡ ਦਾ ਨਾਂ ਨਾ ਸਾਡਾ ਵਿੱਚ ਆਵੇ, ਹੈ ਨਾ। ਅਤੇ ਅਸੀਂ ਉਹਨਾਂ ਦੀ ਜਜ਼ਬਾਤਾਂ ਦੀ ਕਦਰ ਕਰਦੇ ਹਾਂ, ਅਤੇ ਮਾਤਾ ਜੀ ਦੀ ਜਿਹੜੀ ਵੀਡੀਓ ਅਸੀਂ ਉਹਨੂੰ ਬੁਲਾਰ ਕਰਕੇ ਅਸੀਂ ਤੁਹਾਡੇ ਅੱਗੇ ਪੇਸ਼ ਹੋ ਰਹੇ ਹਾਂ। ਅਤੇ ਮਾਤਾ ਜੀ ਨਾਲ ਵੀ ਕਰਦੇ ਹਾਂ ਜੀ, ਮਾਤਾ ਜੀ ਕਿੱਦਾਂ ਇੱਥੇ ਰਹਿ ਗਏ, ਕਿਹੜਾ ਪਿੰਡ ਸੀ, ਅਤੇ ਕਿੱਦਾਂ ਇੱਥੇ ਪਹੁੰਚੇ, ਹੈ ਨਾ ਜੀ। ਹਾਂਜੀ ਮਾਤਾ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਮਾਤਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬੇਟਾ, ਹੋਰ ਸੁਣਾ ਮਾਤਾ ਜੀ, ਸਿਹਤਾਂ ਵਧੀਆ? ਹਾਂਜੀ। ਅੱਛਾ, ਨਾਂ ਦੱਸਿਓ ਪਹਿਲਾਂ ਆਪਣਾ। ਮੇਰਾ ਨਾਂ ਨਸੀਬ ਕੌਰ। ਅਤੇ ਪੁਰਾਣਾ ਨਾਂ ਕੀ ਸੀ ਪਹਿਲਾਂ? ਉਹਦਾ ਮੈਂ ਚੇਤਾ ਜੀ ਨਹੀਂ ਸੀਗਾ, ਚੇਤਾ, ਹੈ ਨਾ। ਮਾਤਾ ਜੀ ਜਦੋਂ ਉਜਾੜੇ ਪਏ, ਹੈ ਨਾ, 1947 ਦੀ ਉਮਰ ਕਿੰਨੀ ਸੀ ਤੁਹਾਡੀ? 13-12-13 ਦੀ। ਅੱਛਾ ਜੀ, ਮੈਂ ਚੇਤਾ ਭੁੱਲਾ। ਚਲੋ ਕੋਈ ਨਹੀਂ, ਜਿੰਨਾ ਵੀ ਮਾਤਾ ਜੀ ਹੋ ਸਕਦਾ ਤੁਸੀਂ ਸਾਨੂੰ ਦੱਸਿਓ ਨਾ, ਜਿਹੜਾ ਪਿੰਡ ਸੀਗਾ, ਪਿੰਡ ਕਿਹੜਾ ਸੀ ਤੁਹਾਡਾ? ਉਹ ਮੋਹਨਪੁਰ ਸੀ। ਹਾਂਜੀ, ਮੋਹਨਪੁਰ। ਮੋਹਨਪੁਰ ਇਹ ਕਿੱਥੇ ਪੈਂਦਾ ਇਹ? ਇਹ ਕਿੱਥੇ ਪਿਆ ਪਿੰਡ ਇਹ? ਕਿਆ ਇਹ ਪਿੰਡ ਕਿੱਥੇ ਕੁ ਪੈਂਦਾ ਜੀ? ਇਹ ਭੋਗਪੁਰ ਵੱਲ ਹੀ ਆ। ਅੱਛਾ, ਭੋਗਪੁਰ ਦੇ ਲਾਗੇ ਆ ਨਾ। ਹਾਂ ਠੀਕ ਆ, ਠੀਕ ਆ। ਮਾਤਾ ਜੀ ਤੁਹਾਡੀ ਜਿਹੜੀ ਆਪਣੀ ਬਰਾਦਰੀ ਕਿਹੜੀ ਸੀਗੀ ਇਹ ਜ਼ਰੂਰ ਦੱਸਿਓ? ਰਾਜਪੂਤ ਸੀਗੇ, ਜੱਟ ਸੀਗੇ? ਚੰਗੇ ਜੱਟ ਸੀ, 100 ਕਵਾਂ ਜ਼ਮੀਨ ਸੀ। ਅੱਛਾ, ਜ਼ਮੀਨਾਂ ਬਹੁਤ ਸੀ। ਅੱਛਾ, ਜੱਟ ਪਰਿਵਾਰ 'ਚੋਂ ਆ ਨਾ ਜੀ। ਹਾਂਜੀ, ਉਹ ਫਿਰ ਉਹਨਾਂ ਨੂੰ ਸਾਰਿਆਂ ਨੂੰ ਪਤਾ ਨਾਨਕਿਆਂ ਨੂੰ। ਅੱਛਾ ਜੀ, ਪੁੱਤ ਪੋਤੇ ਆ ਉਹ ਸਾਰੇ ਨਾਂ ਲੈਂਦੇ, ਸਾਡੀ ਜ਼ਮੀਨ ਦਾ ਨਾਂ ਲੈਂਦੇ ਆ। ਅੱਛਾ, ਕਿੰਨੇ ਭੈਣ ਭਰਾ ਕਿੰਨੇ ਸੀਗੇ?
ਅਸੀਂ ਦੋ ਭੈਣਾਂ ਸੀ ਦੋ ਭਰਾ ਸੀ ਹੁਣ ਬਸ ਦੋ ਭੈਣਾਂ ਹੀ ਆ ਅੱਛਾ ਜੀ ਜਿਹੜੇ ਤੁਹਾਡੇ ਪਿਤਾ ਜੀ ਸੀਗੇ ਉਹਨਾਂ ਦਾ ਨਾਂ ਪਤਾ ਕੀ ਸੀਗਾ ਮਾਤਾ ਜੀ ਦਾ ਉਹਨਾਂ ਦਾ ਵੀ ਨਹੀਂ ਮੈਨੂੰ ਚੇਤਾ ਅਤੇ ਜਿਹੜੇ ਭੈਣ ਸੀਗੇ ਭੈਣ ਭਰਾ ਹਾਂ ਉਹ ਤਾਂ ਬਾਬੂ ਆ ਨਾ ਕੁੜੀ ਦਾ ਭੈਣ ਦਾ ਤੁਹਾਡੇ ਤੋਂ ਛੋਟੇ ਸੀ ਤੁਸੀਂ ਸਾਰੇ ਤੋਂ ਵੱਡੇ ਸੀਗੇ ਉਹ ਛੋਟੀ ਮੈਂ ਸਾਰੇ ਤੋਂ ਵੱਡੀ ਸੀ ਲਾਹੌਰ ਆ ਉਹ ਅੱਛਾ ਜੀ ਹੋਰ ਭਰਾਵਾਂ ਦੇ ਕੀ ਨਾਂ ਸੀਗੇ ਉਹਨਾਂ ਮੈਨੂੰ ਚੇਤਾ ਨਹੀਂ ਬੇਟਾ ਇੱਕ ਸਮਾਂ ਜਿਹੜਾ ਆ ਬਹੁਤ ਜਿੱਦਾਂ ਕਹਿ ਲਓ ਹੰਢਾ ਲਿਆ ਨਾ ਜੀ ਅਤੇ ਮਾਤਾ ਜੀ ਜਿਹੜੇ ਚਾਚੇ ਤਾਏ ਸੀਗੇ ਹੈ ਨਾ ਹਾਂਜੀ ਉਹ ਕਿੰਨੇ ਤੁਹਾਡੇ ਸੀਗੇ ਚਾਚੇ ਤਾਏ ਕੋਈ ਵੀ ਨਹੀਂ ਇੱਕ ਪਤਾ ਨਹੀਂ ਇਕੱਲਾ ਹੀ ਸੀ ਯਾਰ ਭਾਈ ਆ ਸਾਡਾ ਅੱਛਾ ਇਕੱਲਾ ਹੀ ਸੀ ਨਾ ਕਿਸੇ ਦਾ ਨਹੀਂ ਪਤਾ ਨਾ ਨਾ ਦਾ ਨਹੀਂ ਮੈਨੂੰ ਚੇਤਾ ਸੀ ਤਾਂ ਬਸ ਸਿਆਣੀ ਪਰ ਕਮਲਿਆਂ ਨਹੀਂ ਪਤਾ ਰਹਿੰਦਾ 12-13 ਸਾਲ ਥੋੜ੍ਹਾ ਹੁੰਦੇ ਆ ਅੱਜ ਕੱਲ੍ਹ ਨਿਆਣੇ ਨਿੱਕੇ ਨਿੱਕੇ ਫਿਰ ਵੀ 88-99 ਦੇ ਗੇਟ 'ਚ ਤੁਸੀਂ ਢੁੱਕੇ ਆ ਹੈ ਨਾ ਬਹੁਤ ਉਮਰ ਹੋ ਗਈ ਨਹੀਂ ਹੁਣ ਨਿਗਾਹ ਘਟੀ ਆ ਅਤੇ ਜਿਹੜੇ ਤੁਹਾਡੇ ਹਾਂਜੀ ਜਿਹੜੇ ਮਤਲਬ ਤੁਹਾਡੇ ਪਰਿਵਾਰ ਦੇ ਸੀਗੇ ਨਾ ਜੀ ਉਹ ਖੇਤੀਬਾੜੀ ਕਰਦੇ ਸੀਗੇ ਹਾਂ ਖੇਤੀ ਕਰਦੇ ਕੁਮਾਰ ਸੀਗੇ ਝੋਨੇ ਸੀਗੇ ਉਦੋਂ ਮੈਨੂੰ ਇੰਨਾ ਪਤਾ ਅਤੇ ਕਿੰਨੇ ਪਸ਼ੂ ਡੰਗਰ ਕਿੰਨੇ ਸੀਗੇ ਘਰ ਮੱਝਾਂ ਸੀ ਦੋ ਕੁ ਬਹੁਤ ਬਹੁਤ ਬੜੇ ਜਿਹੜਾ ਮਤਲਬ ਜੀ ਤੁਸੀਂ ਪਿੰਡ ਦੱਸਿਆ ਨਾਂ ਕੀ ਦੱਸਿਆ ਦੁਬਾਰਾ ਦੱਸਿਓ ਉਹਦਾ ਮੋਹਨਪੁਰ ਮੋਹਨਪੁਰ ਹੈ ਨਾ ਉਹ ਸਾਰੇ ਮੁਸਲਮਾਨ ਆਬਾਦੀ ਦਾ ਪਿੰਡ ਸੀਗਾ ਹਾਂ ਸਾਰੇ ਟੋਟਲੀ ਇੱਦਾਂ ਹੀ ਕਹਿੰਦੇ ਸੀਗੇ ਮੈਂ ਤਾਂ ਫਿਰ ਜਾਂਦੀ ਰਹੀ ਨਾਨਕੀ ਇਹਨਾਂ ਦੀ ਤਾਂ ਮੈਂ ਪਾਪਾ ਅੱਛਾ ਨਾਨਕੇ ਕਿੱਥੇ ਕਿਹੜੇ ਪਿੰਡ ਸੀ ਤੁਹਾਡੇ ਮਾਂ ਇਹਨਾਂ ਦੇ ਬਾਬੇ ਨਾਂ ਦੇ ਅੱਛਾ ਘਰ ਵਾਲੇ ਮੇਰਾ ਅੱਛਾ ਅੱਛਾ ਉਹ ਮਾਂਗੇ ਕੇ ਮਾਂਗੇ ਕੇ ਨਾਲ ਹੀ ਬੰਨੇ ਨਾ ਬੰਨੇ ਆ ਜ਼ਮੀਨਾਂ ਜਾਣਦੇ ਸੀ ਉੱਧਰੋਂ ਉੱਧਰ ਹੀ ਇੱਦਾਂ ਰਲ ਮਿਲ ਕੇ ਰਹਿੰਦੇ ਸੀ ਫੇਰ ਪੈ ਗਿਆ ਇੱਦਾਂ ਦੇ ਸਾਰੇ ਮੰਨ ਲਓ ਕੋਈ ਪਹਿਲਾਂ 47 ਤੋਂ ਪਹਿਲਾਂ ਤਾਂ ਨਹੀਂ ਕੋਈ ਸੀਗਾ ਆਪਸ ਵਿੱਚ ਲੜਾਈ ਝਗੜਾ ਤਾਂ ਨਹੀਂ ਹੁੰਦਾ ਸੀ ਕੁਛ ਬੇਟਾ ਮੈਨੂੰ ਪਹਿਲਾਂ ਨਹੀਂ ਪਤਾ ਮੈਂ ਇਹ ਦੇਖ ਮਾਤਾ ਜੀ ਫਿਰ ਪਰਿਵਾਰ ਤੋਂ ਕਿੱਦਾਂ ਵਿਛੜੇ ਆ ਖੋ ਕੇ ਲੈ ਅੱਛਾ ਖੋ ਕੇ ਲੈ ਕੇ ਗਏ ਆ ਖੋ ਕੇ ਲੈ ਬੰਦੇ ਖੋ ਕੇ ਲੈ ਬੰਨ ਕੇ ਕਿੰਨੇ ਔਰਤਾਂ ਕਿੰਨੀਆਂ ਸੀ ਤੁਹਾਡੇ ਨਾਲ ਦੀਆਂ ਕੁੜੀਆਂ ਬਾਕੀ ਸਭ ਲੁਕੇ ਲੱਗ ਗਏ ਸੀ ਨਹੀਂ ਪਿੰਡ ਦੋ ਭਰਾ ਸੀਗੇ ਅੱਛਾ ਜੀ ਭਰਾ ਸੀ ਦੋ ਸਾਰੇ ਸੀਗੇ ਲੁਕੇ ਹੀ ਸੀਗੇ ਪਿੰਡ 'ਤੇ ਹਮਲਾ ਕੀਤਾ ਜਾਂ ਜਾ ਰਹੇ ਸੀ ਕਾਫਲੇ ਦੇ ਨਾਲ ਪਿੰਡ ਜਾਂਦੇ ਸੀ ਅੱਛਾ ਪਿੰਡੋਂ ਨਿਕਲ ਗਏ ਸੀਗੇ ਨਾ ਨਿਕਲ ਗਏ ਸੀ ਹਾਂ ਲਾਗੇ ਪਿੰਡ ਭਰੇ ਲਾਗੇ ਜਾ ਉੱਥੋਂ ਫੜਿਆ ਅਤੇ ਤੁਹਾਡੇ ਪਰਿਵਾਰ ਦੇ ਜੀ ਬਚ ਗਏ ਸਾਰੇ ਨਹੀਂ ਬਚੇ ਕੋਈ ਵੀ ਨਹੀਂ ਬਚੇ ਕਿੱਦਾਂ ਤੁਹਾਨੂੰ ਕਿੱਦਾਂ ਪਤਾ ਲੱਗਾ ਫਿਰ ਉਹਨਾਂ ਦਾ ਆਹੋ ਵੀ ਉਹ ਜੀ ਕਤਲ ਹੋ ਗਏ ਹੈ ਨਾ ਉਹ ਬੇਟਾ ਹੁਣ 8 ਸਾਲ ਤਾਂ ਹੋ ਗਏ ਆ ਪਤਾ ਲੱਗੇ ਨੂੰ ਇੱਥੋਂ ਬਦਲਾ ਗਿਆ ਸੀਗਾ ਉੱਧਰ ਪਾਕਿਸਤਾਨ ਉਹਨਾਂ ਨੂੰ ਦੇਖ ਕੇ ਆਇਆ ਸਾਰਿਆਂ ਨੂੰ ਉਹਨੂੰ ਦੱਸਿਆ ਸਰ ਨਹੀਂ ਉੱਥੇ ਜਿਹੜੇ ਪਾਕਿਸਤਾਨ 'ਚ ਜਿਹੜੇ ਚੱਲ ਗਏ ਆ ਬਚ ਕੇ ਗਏ ਕੌਣ ਗਿਆ ਉੱਥੇ ਪਹੁੰਚਿਆ ਉੱਥੇ ਉਹ ਦੋ ਭਰਾ ਸੀ ਦੋਈ ਮਾਂ ਦੇ ਅੱਛਾ ਮਾਂ ਜਿਹੜੀ ਮਾਤਾ ਜੀ ਦੇ ਤੁਹਾਡੇ ਪਿਤਾ ਜੀ ਦੇ ਦੋ ਵਿਆਹ ਹੋਏ ਸੀਗੇ ਹਾਂ ਹਾਂਜੀ ਦੋ ਅਤੇ ਪਹਿਲੇ ਦੇ ਕਿੰਨੇ ਬੱਚੇ ਸੀ ਦੂਜੀ ਦੇ ਕਿੰਨੇ ਸੀਗੇ ਇਹਦੇ ਦੋ ਹੀ ਸੀਗੇ ਅਸੀਂ 3-4 ਸੀ ਅੱਛਾ ਜੀ ਪਹਿਲੀ ਦੇ ਦੋ ਕੁੜੀਆਂ ਇੱਕ ਲੜਕਾ ਸੀਗਾ ਜੀ ਪਹਿਲੀ ਦੇ ਦੋ ਮੁੰਡੇ ਅੱਛਾ ਜੀ ਜਿਹੜੇ ਤੁਸੀਂ ਦੋ ਭੈਣਾਂ ਸਕੀਆਂ ਸੀਗੀਆਂ ਨਾ ਜੀ ਦੋ ਸਕੀ ਅੱਛਾ ਜੀ ਅਤੇ ਜਿਹੜੇ ਦੂਜੇ ਵਿਆਹ ਤੋਂ ਤੁਹਾਡੀ ਮਾਤਾ ਕਿੱਦਾਂ ਪੂਰੇ ਹੋ ਗਏ ਸੀ ਪਹਿਲਾਂ ਨਹੀਂ ਪਤਾ ਨਹੀਂ ਮੈਨੂੰ ਚੇਤਾ ਨਾ ਪਹਿਲੀ ਸੀਗੀ
ਉਹ ਵੀ ਸੀਗੀ। ਅੱਛਾ ਮਤਲਬ ਇੱਕ ਦੋ ਵਿਆਹ, ਇੱਕ ਬਹੁਤ ਵਿਆਹ ਦਾ ਰਿਵਾਜ਼ ਸੀਗਾ ਨਾ ਜੀ। ਹਾਂ ਰਿਵਾਜ਼, ਹਾਂ ਇੱਥੇ ਤਿੰਨ ਤਿੰਨ ਹੁੰਦੇ ਆ, ਰਿਵਾਜ਼ ਇੱਦਾਂ ਦਾ। ਬੇਟਾ ਬਾਅਦ ਦੀਆਂ ਗੱਲਾਂ ਮੈਨੂੰ ਪਤਾ ਨਹੀਂ ਲੱਗਦਾ, ਹੁਣ ਤਾਂ ਉਮਰ ਇੱਦਾਂ ਦੀ ਹੋ ਗਈ ਆ, ਨਿਗਾਹ ਘੱਟ ਗਈ ਆ, ਬੈਠੀ ਹਾਂ। ਮਾਤਾ ਜੀ ਜਦੋਂ ਪਾਕਿਸਤਾਨ ਨੂੰ ਬੰਦਾ ਪਤਾ ਕਰਨ ਆਇਆ ਨਾ ਇੱਥੇ, ਫਿਰ ਪਤਾ ਲੱਗਾ ਵੀ ਤੁਹਾਡੀ ਭੈਣ ਬਚ ਕੇ ਇੱਕ ਉਹੀ ਸਿਰਫ ਗਈ, ਬਾਕੀ ਸਾਰਾ ਕਤਲ ਹੋ ਗਿਆ ਨਾ? ਹਾਂ ਇੱਦਾਂ ਹੋਈ ਨਾ, ਉਹ ਇੱਥੋਂ ਗਏ ਸੀ ਉਹ ਉੱਧਰ। ਅੱਛਾ ਜੀ, ਪਾਕਿਸਤਾਨ ਫੈਸਲਾਬਾਦ ਨਾਂ ਲੈਂਦੇ ਸੀ, ਫੈਸਲਾਬਾਦ ਦਾ ਸੀ ਉਹ ਬੰਦਾ। ਇੱਥੋਂ ਗਏ ਸੀ ਲਾਗੇ ਪਿੰਡ ਆ, ਉਹ ਉੱਜੜ ਕੇ ਜਿੱਦਾਂ ਸਾਡੇ ਗਏ ਸੀ, ਉਹ ਆਇਆ ਸੀ ਮਿਲਣ ਇੱਥੇ, ਆਪਣੇ ਪਿੰਡ ਦੇਖਣ ਆਇਆ ਸੀ ਨਾ? ਆਹੋ ਉੱਥੇ ਆਇਆ ਸੀ ਜੀ। ਉਹ ਮੁੰਡਾ ਇੱਥੇ ਇਹਨਾਂ ਦੇ ਇੱਥੇ ਸਾਡੇ ਆਉਣ ਲਈ ਜਾਣੀ ਬਹੁਤ ਸੀ ਉਹਦੀ, ਅਤੇ ਉਹਨੂੰ ਫਿਰ ਦੱਸ ਦਿੱਤਾ, ਉਹਨੂੰ ਦੱਸਿਆ ਤਾਂ ਉਹਨੂੰ ਫਿਰ ਫੋਨ 'ਤੇ ਗੱਲਾਂ ਕਰਾਈਆਂ। ਅੱਛਾ ਜੀ, ਮਤਲਬ ਉਹਨੇ ਟ੍ਰੇਸ ਕਰ ਲਿਆ, ਲੱਭ ਲਿਆ ਵੀ ਤੁਹਾਡੀ ਜਿਹੜੀ ਭੈਣ ਆ ਉਹ ਪਾਕਿਸਤਾਨ 'ਚ ਹੈਗੀ ਆ। ਹੈਗੀ ਆ, ਇੱਦਾਂ ਕਰਕੇ ਤਾਂ ਮਤਲਬ ਆਪਣੇ ਪਰਿਵਾਰ ਜਿਹੜੀ ਭੈਣ ਨਾਲ ਮੇਲ ਹੋ ਗਿਆ। ਕਿੰਨੇ ਚਿਰ ਪਹਿਲਾਂ ਇਹ ਹੋਇਆ ਜੀ ਤੁਹਾਡਾ? ਹੁਣ 10 ਸਾਲ ਹੋ ਗਏ। ਅੱਛਾ ਜੀ, 10 ਸਾਲ ਹੋ ਗਿਆ ਹੁਣ ਤਾਂ। ਮੁੰਡੇ ਮੇਰੇ ਜੋ ਜਵਾਨ ਸੀ ਉਹ ਵੀ ਚਲੇ ਗਏ, ਅਤੇ ਇਹਨਾਂ ਦਾ ਡੈਡੀ ਵੀ ਦੂਗਾ ਵੀ ਚਲੋ ਇਹ ਰਾਜੀ ਖੁਸ਼ੀ ਰਹਿਣ। ਹਾਂ ਜਦੋਂ ਤੁਸੀਂ ਮਾਤਾ ਜੀ ਉੱਥੇ ਗੱਡਿਆਂ 'ਤੇ ਤੁਸੀਂ ਜਾ ਰਹੇ ਸੀਗੇ ਨਾ, ਹਾਂਜੀ, ਜਿਹੜੇ ਪਿੰਡਾਂ ਦੇ ਜਦੋਂ ਜਥੇ ਪਏ ਆ, ਕਿੰਨੀਆਂ ਔਰਤਾਂ ਅਤੇ ਜਿਹੜੀਆਂ ਕੁੜੀਆਂ ਸੀ, ਕਿੰਨੀਆਂ ਨੂੰ ਉੱਥੇ ਉਹਨਾਂ ਨੇ ਲਿਆ ਚੱਕਿਆ ਉਹਨਾਂ ਨੇ? ਮੈਨੂੰ ਨਹੀਂ ਪਤਾ, ਲੁਕੇ ਸਾਰੇ, ਸਾਰੇ ਲੁਕ ਗਏ ਨਾ ਕਮਾਦਾਂ 'ਚ? ਕਮਾਦਾਂ 'ਚ ਮੈਨੂੰ ਫਿਰ ਕੱਢ ਕੇ ਲੈ ਆਇਆ, ਤਾਂ ਖੋਹ ਕੇ ਲੈ। ਅੱਛਾ ਜੀ, ਮੈਨੂੰ ਫਿਰ ਮੈਨੂੰ ਨਹੀਂ ਪਤਾ, ਮੈਂ ਘਰ ਬਹਿ ਗਈ, ਫਿਰ ਬਿਠਾਲ ਦਿੱਤਾ ਜਿੱਥੇ ਕਿਤੇ। ਮਾਤਾ ਜੀ ਆਪਣਾ ਹੈ ਮਾਤਾ ਜੀ? ਹਾਂਜੀ। ਕਿਤੇ ਪਰਿਵਾਰ 'ਚ ਇੱਥੇ ਆਉਂਦਾ ਸੀਗਾ ਜਿੱਥੇ ਜਿਨ੍ਹਾਂ ਨਾਲ ਖੇਡੇ, ਜਿਨ੍ਹਾਂ ਦੇ ਮਾਂ ਪਿਓ ਦਾ ਪਿਆਰ ਲਿਆ? ਹਾਂ, ਕੀ ਕਰ ਲੈਣਾ ਸੀ, ਇੱਦਾਂ ਲੰਘ ਗਈ ਉਮਰ ਸਾਰੀ, ਨਾ ਕੋਈ ਮਿਲਿਆ ਤਾਂ। ਆ ਮੋਹਰੇ ਮੁੰਡੇ ਨਾ ਜਾਂਦੇ, ਕੁੜੀ ਸੀ, ਕੁੜੀ ਵਿਆਹੀ, ਉਹ ਜਵਾਈ ਵੀ ਚਲੇ ਗਿਆ। ਅੱਛਾ ਜੀ, ਕਿੰਨੇ ਬੱਚੇ ਆ ਹੁਣ ਤੁਹਾਡੇ? ਕਿੰਨੇ ਸੀਗੇ ਬੱਚੇ ਤੁਹਾਡੇ ਜੀ? 2 ਮੁੰਡੇ ਸੀ, 1 ਕੁੜੀ ਆ। ਅੱਛਾ ਜੀ, ਕੁੜੀ ਆ, ਕੁੜੀ ਰਹਿ ਗਈ, ਮੁੰਡੇ ਪੂਰੇ ਹੋ ਗਏ ਨਾ ਜੀ? ਉਹ ਪੂਰੇ ਹੋ ਗਏ, ਅਤੇ ਚਲੋ ਉਹਨਾਂ ਦੇ ਪਰਿਵਾਰ ਰਾਜੀ ਖੁਸ਼ੀ ਰਹਿਣ, ਇਹਨਾਂ ਦੇ ਨਾਲ ਹੀ ਮੈਂ ਬੈਠੀ ਹਾਂ। ਅਤੇ ਉਹ ਕੁੜੀ ਦਾ ਮੁੰਡਾ ਸੀ 25 ਸਾਲ ਦਾ, ਉਹ ਵੀ ਚਲੇ ਗਿਆ। ਅੱਛਾ ਜੀ, ਜਵਾਈ ਵੀ ਚਲੇ ਗਿਆ। ਮਾਤਾ ਜੀ ਜਿਹੜੀ ਤੁਸੀਂ ਦੱਸਿਆ ਤੁਹਾਡੀ ਭੈਣ ਉੱਥੇ ਲਾਹੌਰ 'ਚ ਰਹਿੰਦੇ ਆ ਨਾ, ਹਾਂਜੀ, ਕਿਤੇ ਉਹ ਮਿਲੇ ਨਹੀਂ ਉਹਨਾਂ ਨੂੰ ਕਰਤਾਰਪੁਰ ਸਾਹਿਬ ਜਾ ਕੇ, ਜਾਂ ਮਿਲਣ ਦਾ ਦਿਲ ਨਹੀਂ ਕੀਤਾ ਉਹਨਾਂ ਨੂੰ ਵੀ ਯਾਰ ਮੇਰੀ ਸਕੀ ਭੈਣ ਆ ਮੈਂ ਮਿਲਾਂ ਉਹਨਾਂ ਨੂੰ? ਉਹ ਤਾਂ ਬਹੁਤ ਜ਼ੋਰ ਲਾਉਂਦੇ, ਕਹਿੰਦੇ ਸਾਡਾ ਬਣਿਆ ਦਾ ਇੱਧਰ ਆਉਣ ਦਾ ਬਣਿਆ ਨਹੀਂ। ਅੱਛਾ ਜੀ, ਉਹ ਜ਼ੋਰ ਬਹੁਤ ਲਾਇਆ, ਕਹਿੰਦੇ ਸਾਡਾ ਬਣਿਆ ਨਹੀਂ। ਅਤੇ ਕਰਤਾਰਪੁਰ ਸਾਹਿਬ, ਕਰਤਾਰਪੁਰ ਸਾਹਿਬ ਮਾਤਾ ਜੀ ਇੱਕ ਇੱਦਾਂ ਦਾ ਪਲੇਸ ਆ ਜਿੱਥੇ ਜਿਹੜੇ ਵਿਛੜੇ ਤਕਰੀਬਨ ਜਾਂਦੇ ਸੀ, ਹੈ ਨਾ ਜੀ, ਉੱਥੇ ਜਾ ਕੇ ਮਿਲਦੇ ਆ ਕਾਫੀ ਲੋਕ ਜਿਹੜੇ ਆ ਵਿਛੜੇ ਪਰਿਵਾਰ ਆਪਸ ਵਿੱਚ ਮਿਲਦੇ ਆ, ਤੁਸੀਂ ਉੱਥੇ ਜਾ ਕੇ ਮਿਲੇ ਹੋ? ਮੈਂ ਉੱਥੇ ਗਈ ਨਹੀਂ, ਮੇਰੇ 'ਚ ਹੁਣ ਹੈ ਨਹੀਂ ਬੇਟਾ, ਹਿੰਮਤ ਨਹੀਂ ਹੈਗੀ, ਹਿੰਮਤ ਨਹੀਂ ਹੈ ਨਹੀਂ, ਸਫ਼ਰ ਮੇਰੇ ਤੋਂ ਨਹੀਂ ਹੁੰਦਾ, ਉਲਟੀਆਂ ਆ ਜਾਂਦੀਆਂ। ਹੁਣ ਮੈਂ ਇੱਦਾਂ ਦੀ ਬੈਠੀ ਹਾਂ, ਫੋਨ 'ਤੇ ਗੱਲਾਂ ਕਰ ਲਈਆਂ ਸੀ, ਚਲੋ ਠੀਕ ਆ, ਫੋਨ 'ਤੇ ਗੱਲਬਾਤ ਹੋ ਜਾਂਦੀ ਨਾ ਜੀ। ਹਾਂ, ਅੱਛਾ, ਜ਼ਿੰਦਗੀ ਤੋਂ ਕੋਈ ਸ਼ਿਕਾਇਤ ਤਾਂ ਨਹੀਂ ਤੁਹਾਨੂੰ? ਹਾਂਜੀ, ਜ਼ਿੰਦਗੀ ਤੋਂ ਕੋਈ ਆਪਣੀ ਸ਼ਿਕਾਇਤ ਤਾਂ ਨਹੀਂ ਹੈਗੀ? ਹਾਂ, ਨਹੀਂ ਹੈ ਨਹੀਂ, ਹੁਣ ਉਹ ਸਾਰੇ ਹੀ ਆ ਇਹਨਾਂ ਨਾਲ ਗੱਲਾਂ ਕਰਦੇ ਆ ਨਿਆਣਿਆਂ ਨਾਲ, ਗੱਲਾਂ ਕਰਦੇ ਫੋਨ 'ਤੇ। ਅਤੇ ਜਿਹੜੇ ਤੁਹਾਡੇ ਉੱਧਰ ਰਹਿੰਦੇ ਆ ਉਹਨਾਂ ਦੇ ਤੁਹਾਡੇ ਭਤੀਜੇ ਭਾਣਜੇ ਹੋ ਗਏ ਨਾ, ਤਾਂ ਉਹਨਾਂ ਨੂੰ ਕੋਈ ਸੁਨੇਹਾ ਤੁਹਾਡੀ ਵੀਡੀਓ ਕਾਲ ਰਾਹੀਂ ਦਿਓ ਵੀ ਭਾਈ ਆ ਕੇ ਮਿਲ ਜਾਓ? ਬੇਟਾ ਉਹ ਕਹਿੰਦੇ ਸਾਡਾ ਬਣਦਾ ਹੀ ਨਹੀਂ, ਨਹੀਂ ਆਉਣ ਦਾ ਨਹੀਂ ਬਣਿਆ ਸਾਡਾ, ਤੂੰ ਆ ਜਾ ਕਹਿੰਦੇ, ਮੈਂ ਜਾਣ ਜੋਗੀ ਨਹੀਂ ਹੁਣ। ਚਲੋ ਠੀਕ ਆ ਮਾਤਾ ਜੀ, ਹਾਂਜੀ। ਅਤੇ ਜਿਹੜੇ ਬਜ਼ੁਰਗ ਨੇ ਜੀ, ਜਿਹੜੇ ਇਸ ਉਮਰ ਦੇ, ਜਿਹੜੇ 90 ਸਾਲ ਦੇ ਲਾਗੇ ਪੜਾਅ ਨੂੰ ਆਪਣੇ ਪਾਰ ਕਰ ਗਏ ਨੇ, ਬਹੁਤ ਘੱਟ ਨੇ। ਹਾਂਜੀ,
ਅਤੇ ਅਸੀਂ ਕੋਸ਼ਿਸ਼ ਕਰਾਂਗੇ ਪਰਮਾਤਮਾ ਅੱਗੇ ਦੁਆ ਕਰਾਂਗੇ ਵੀ ਜਿਹੜੇ ਇਹਨਾਂ ਦੇ ਵਿਛੜੇ ਆ ਭੈਣ ਭਰਾ ਜਾਂ ਤਾਂ ਉਹਨਾਂ ਨੂੰ ਵੀਜ਼ਾ ਕਿਤੇ ਮਿਲ ਜਾਵੇ ਤਾਂ ਆ ਕੇ ਜਿਹੜਾ ਲਾਸਟ ਵਾਰੀ ਕਿਤੇ ਆਪਣੇ ਭੈਣ ਭਰਾ ਇਕੱਠੇ ਜਿਹੜੀਆਂ ਭੈਣਾਂ ਇਕੱਠੇ ਹੋ ਜਾਣਾ ਨਾ ਜੀ। ਅਤੇ ਦੋਸਤੋ ਜੇ ਤੁਹਾਨੂੰ ਵੀ ਲੱਗਦਾ ਤੁਹਾਡੇ ਵੀ ਕੋਈ ਗਲੀ ਗੁਆਂਢ ਕੋਈ ਮੁਹੱਲੇ 'ਚ ਕੋਈ ਇੱਦਾਂ ਦਾ ਬਜ਼ੁਰਗ ਔਰਤ ਹੈ, ਕਿਉਂਕਿ ਸਾਨੂੰ ਸਿਰਫ ਵੀਡੀਓ ਬਣਾਉਣ ਦਾ ਇੱਕੋ ਹੀ ਮਕਸਦ ਆ ਵੀ ਜਿਹੜਾ 47 ਦਾ ਇੱਕ ਉਜਾੜ ਆ ਦਿਖਾਂਤ ਆ ਉਹਦਾ ਵੱਧ ਤੋਂ ਵੱਧ ਜਿਹੜਾ ਇਹ ਰਿਕਾਰਡ ਆ ਉਹ ਸਾਂਭ ਕੇ ਅਸੀਂ ਰੱਖ ਸਕੀਏ, ਕਿਉਂਕਿ ਆਪਣੀਆਂ ਅਸੀਂ ਆਉਣ ਵਾਲੀਆਂ ਨਸਲਾਂ ਨੂੰ ਦੱਸ ਸਕਾਂਗੇ ਵੀ 1947 ਦੇ ਉਜਾੜੇ ਦੇ ਵਿੱਚ ਪੰਜਾਬੀਆਂ ਨੇ ਹੀ ਪੰਜਾਬੀਆਂ ਦੇ ਘਰ ਉਜਾੜੇ ਆ। ਚਲੋ ਠੀਕ ਆ ਜੀ, ਅਤੇ ਗਾਂਹ ਮਿਲਦੇ ਹਾਂ ਇੱਕ ਕੋਈ ਨਵੇਂ ਬਜ਼ੁਰਗ 1947 ਦੇ ਗਵਾਹ ਦੇ ਨਾਲ। ਉਦੋਂ ਤੱਕ ਲਈ ਜੀ ਖੁਦਾ ਹਾਫਿਜ਼, ਸਰਬ ਰੱਖਾ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ। ਅਤੇ ਮੈਂ ਅੱਜ ਆਇਆ ਜੀ ਪਿੰਡ ਮੋਮਨਪੁਰ, ਅਤੇ ਪਿਛਲੇ ਦਿਨੀ ਅਸੀਂ ਇੱਕ ਵੀਡੀਓ ਕੀਤੀ ਸੀ ਮਾਤਾ ਜੀ ਨਸੀਬ ਕੌਰ ਦੀ, ਅਤੇ ਜਿਨ੍ਹਾਂ ਵਿੱਚ ਮਾਤਾ ਜੀ ਨੇ ਦੱਸਿਆ ਸੀ ਵੀ ਉਹਨਾਂ ਦੇ ਜਿਹੜੇ ਫੈਮਿਲੀ ਸੀਗੀ ਉਹ ਮੁਸਲਮਾਨ ਪਰਿਵਾਰ ਦੇ ਵਿੱਚੋਂ ਸੀਗੇ, ਤਾਂ ਜਿਹੜਾ ਪਿੰਡ ਉਹ ਦੱਸਦੇ ਸੀਗੇ ਮੌਨਪੁਰ, ਅਤੇ ਲਾਗੇ ਲਾਗੇ ਜਿਹੜੇ ਪਿੰਡ ਮੰਗੇ ਗਏ ਜਾਂ ਹੋਰ ਇੱਦਾਂ ਪਿੰਡ ਸੀਗੇ ਦੱਸਦੇ ਸੀ। ਜਦੋਂ ਅਸੀਂ ਇੱਥੇ ਆ ਕੇ ਪਿੰਡ ਦੇ ਵਿੱਚ ਦੇਖਿਆ ਲਾਗੇ ਲਾਗੇ ਆ ਕੇ ਪਤਾ ਕੀਤਾ, ਅਤੇ ਪਿੰਡ ਆ ਜੀ ਮੋਮਨਪੁਰ, ਅਤੇ ਉਹਨਾਂ ਦੇ ਜਿਹੜੇ ਪਾਕਿਸਤਾਨ ਰਹਿੰਦੇ ਪਰਿਵਾਰ ਆ ਉਹਨਾਂ ਨਾਲ ਵੀ ਸਾਡਾ ਇੱਕ ਰਾਬਤਾ ਹੋ ਗਿਆ। ਅਤੇ ਜਿਹੜੀ ਮਾਤਾ ਨਸੀਬ ਕੌਰ ਸੀਗੀ ਉਹ ਜਿਹੜੇ ਉਹਨਾਂ ਦੇ ਪਿਛੋਕੜ ਪਰਿਵਾਰਕ ਜਿਹੜਾ ਪਿਛੋਕੜ ਆ ਉਹ ਮੁਸਲਮਾਨ ਸਿਆਲ ਜਿਹੜੇ ਜੱਟ ਆ ਉਹਨਾਂ ਦੇ ਨਾਲ ਜੁੜਦਾ ਆ। ਅਤੇ ਆਓ ਤੁਹਾਨੂੰ ਨਾਲੇ ਦਾ ਪਿੰਡ ਦਿਖਾ ਦਿੰਦੇ ਹਾਂ, ਕਿਉਂਕਿ ਇਹ ਪਿੰਡ ਇੱਕ ਬਿਲਕੁਲ ਛੋਟਾ ਜਿਹਾ ਪਿੰਡ ਆ, ਅਤੇ ਉਸ ਟਾਈਮ ਦੇ ਉੱਤੇ ਤਕਰੀਬਨ 8-10 ਘਰ ਹੋਊਗੇ ਸ਼ਾਇਦ, ਹੋ ਸਕਦਾ ਉਹਨਾਂ ਦੇ ਪਰਿਵਾਰ ਦੇ ਹੀ ਸਾਰਾ ਜਿਹੜੇ ਚਾਚੇ ਤਾਇਆਂ ਦਾ ਹੀ ਇਹ ਪਿੰਡ ਹੋਵੇ। ਤਾਂ ਪਿੰਡ ਇੱਕ ਛੋਟਾ ਜਿਹਾ ਜੀ, 8-10 ਘਰ ਹਜੇ ਵੀ ਉੱਥੇ ਉਨੇ ਹੀ ਆ, ਅਤੇ ਨਾਲੇ ਤੁਹਾਨੂੰ ਪਿੰਡ ਦਿਖਾਉਂਦੇ ਹਾਂ, ਅਤੇ ਨਾਲੇ ਜਿਹੜੇ ਮਾਤਾ ਜੀ ਆ ਉਹਨਾਂ ਦੇ ਪਰਿਵਾਰ ਦੀ ਜਿਹੜੀ ਸਾਨੂੰ ਹਿਸਟਰੀ ਜਿੱਦਾਂ ਵੀ ਥੋੜ੍ਹੀ ਬਹੁਤੀ ਸਾਨੂੰ ਮਿਲੀ ਆ, ਅਤੇ ਉਹ ਤੁਹਾਡੇ ਨਾਲ ਹੀ ਸ਼ੇਅਰ ਕਰਦੇ ਹਾਂ। ਮਾਤਾ ਨਸੀਬ ਕੌਰ ਜੀ ਦਾ ਪਹਿਲਾ ਨਾਮ ਮੁਖਤਾਰਾਂ ਬੀਬੀ ਸੀ, ਇਹਨਾਂ ਦੇ ਪਿਤਾ ਜੀ ਦਾ ਨਾਮ ਚੌਧਰੀ ਸੁਲਤਾਨਾ ਅਤੇ ਮਾਤਾ ਜੀ ਦਾ ਨਾਮ ਫਾਤੋਂ ਬੀਬੀ ਸੀ। ਮਾਤਾ ਨਸੀਬ ਕੌਰ ਉਰਫ ਮੁਖਤਾਰਾਂ ਬੀਬੀ ਜੀ 5 ਭੈਣ ਭਰਾ ਸਨ, 2 ਭਰਾ ਸਾਰਿਆਂ ਤੋਂ ਵੱਡਾ ਨਵਾਬ ਅਤੇ ਛੋਟਾ ਹਾਕਮ ਅਲੀ ਸੀ, 3 ਭੈਣਾਂ ਸਾਰਿਆਂ ਤੋਂ ਵੱਡੀ ਆਪ ਬੀਬੀ ਮੁਖਤਾਰਾਂ, ਛੋਟੀ ਨਵਾਬ ਬੀਬੀ ਅਤੇ ਸਾਰਿਆਂ ਤੋਂ ਛੋਟੀ ਸੈਨੋ ਸੀ। 47 ਦੇ ਉਜਾੜੇ ਦੇ ਵਕਤ ਮਾਤਾ ਨਸੀਬ ਕੌਰ ਉਰਫ ਮੁਖਤਾਰਾਂ ਬੀਬੀ ਜੀ ਦੇ ਪਰਿਵਾਰ ਦੇ ਵਿੱਚੋਂ ਇਹਨਾਂ ਦੇ ਪਿਤਾ ਸੁਲਤਾਨਾ, ਮਾਤਾ ਫਾਤੋਂ ਬੀਬੀ ਅਤੇ 1 ਭਰਾ ਹਾਕਮ ਅਲੀ ਅਤੇ 1 ਭੈਣ ਸੈਨੋ ਕਾਫਲੇ 'ਤੇ ਹੋਏ ਹਮਲੇ ਵਿੱਚ ਕਤਲ ਹੋ ਗਏ ਸੀ। ਮਾਤਾ ਨਸੀਬ ਕੌਰ ਜੀ ਦੀ ਸਕੀ ਭੈਣ ਨਵਾਬ ਬੀਬੀ ਜੋ ਕਿ ਲਾਹੌਰ ਵਿੱਚ ਰਹਿੰਦੇ ਹਨ, ਇਹਨਾਂ ਦਾ ਤਕਰੀਬਨ 10 ਕੁ ਸਾਲ ਪਹਿਲਾਂ ਟੈਲੀਫੋਨ 'ਤੇ ਆਪਸ ਵਿੱਚ ਰਾਬਤਾ ਹੋ ਗਿਆ ਸੀ। ਪਰ ਅਸੀਂ ਹੁਣ ਕੋਸ਼ਿਸ਼ ਕਰਾਂਗੇ ਕਿ ਮਾਤਾ ਨਸੀਬ ਕੌਰ ਅਤੇ ਉਹਨਾਂ ਦੀ ਸਕੀ ਭੈਣ ਨਵਾਬ ਬੀਬੀ ਦੀ ਵੀਡੀਓ ਕਾਲ ਦੇ ਰਾਹੀਂ ਵੀ ਗੱਲਬਾਤ ਕਰਵਾਈਏ।